थाने दे विच तैनात सी तो ओदी कौम सीगी नाई। अच्छा थानेदार जड़े नो थाने च तैनात होंदे फिर कट लो ये ओही होवे उस्ताद वाली गल ही आ गई। नहीं थानेदार जनाब लाजमी नहीं कि थाने तैनात हुंदा, पुलिस लाइन च भी हो सकदा, किसे गारत भी हो सकदा। चलो दोबारा करो समझ आ गई, कोई भी सवाल भी कर लिया करो जिसे तुहानू समझ ना आवे। साढ़े वीर वर्गा एक थानेदार ना जनाब थाने लगा सी ते कौम जनाब होना दी सी नाई नाई ना जो उन्हें गश्तों यार किसी पास रेड करके आना ना ते अग्यों एक जो दूसरा थानेदार सी ना ओनू पता लग गया भी कौम नाई आ, उन्हें पूछना किधरों आया किधर चला, दूसरा भी थाने लगा किधरों आया किधर चला, ਉਹਨੂੰ ਸਮਝ ਆ ਗਈ ਜਿਵੇਂ ਆਪਣੀ ਮਜ਼ਦੂਰੀ ਦੀ ਗੱਲ ਅੱਜ ਕੱਲ੍ਹ ਮਸ਼ਹੂਰ ਹੈ ਨਾ, ਕਿੱਧਰੋਂ ਆਇਆ ਕਿੱਧਰ ਚੱਲਾ, ਉਹਨੂੰ ਬੜੀ ਫੀਲ ਹੋਈ। ਉਹਨੇ ਕਿਹਾ ਯਾਰ ਮਾੜੀ ਗੱਲ ਆ ਵੀ ਇਹ ਮੇਰੀ ਨਾ ਕੌਮ ਦਾ ਮਜ਼ਾਕ ਵੀ ਬਣਾਉਂਦਾ। ਉਹ ਨਾ ਉਹਨੇ ਕੀ ਕੀਤਾ ਟਾਈਮ ਕੱਢਿਆ ਆਪਣਾ ਤੇ ਉਹ ਉਹਦੇ ਪਿੰਡ ਚਲਾ ਗਿਆ, ਦੂਸਰੇ ਥਾਣੇਦਾਰ ਦੇ ਪਿੰਡ ਗਿਆ ਤੇ ਉਹਦਾ ਪਤਾ ਲੱਗਾ ਤੇ ਉਹ ਅੱਗੇ ਤਰਖਾਣ ਸੀ ਲੁਹਾਰ, ਨਾਈ ਤਰਖਾਣ ਦੇ ਪਿੰਡ ਚਲਾ ਗਿਆ। ਹਾਂ ਨਾਈ ਤਰਖਾਣ ਦੇ ਪਿੰਡ ਉਹ ਅੱਗੇ ਸੀ ਲੁਹਾਰ। ਉਹਨਾਂ ਜਨਾਬ ਵਾਲਾ ਉਹਨੇ ਉੱਥੋਂ ਪਤਾ ਕਰ ਲਿਆ, ਉਹਨੇ ਕਿਹਾ ਠੀਕ ਹੈ ਵੀ ਕੰਮ ਹੁਣ ਠੀਕ। ਉਹ ਆਇਆ ਨਾ ਥਾਣੇ ਤੇ ਉਹ ਅੱਗੋਂ ਉਹਨੂੰ ਦੂਸਰਾ ਪੁੱਛਦਾ ਕਿ ਕਿੱਧਰੋਂ ਆਇਆ ਕਿੱਧਰ, ਉਹ ਪਟਾਸ ਤੇ ਉਸੇ ਆ ਸੀ ਤੇ ਉਹ ਕਹਿੰਦਾ ਇੱਧਰੋਂ ਆਇਆ ਇੱਧਰ ਚੱਲਾ। ਵੀ ਲੁਹਾਰਾਂ ਦਾ ਕੰਮ ਹੁੰਦਾ ਨਾ ਟੋਕਣਾ, ਉਹ ਭਾਈ ਦਸਤੋ ਗਿਰਬਾਨ ਹੋ ਗਏ ਵੀ ਤੂੰ ਮੇਰਾ ਮਜ਼ਾਕ ਉਡਾਇਆ, ਉਹਨੇ ਕਿਹਾ ਤੂੰ ਮੇਰਾ ਮਜ਼ਾਕ ਉਡਾਇਆ ਤੇ ਗੱਲ ਚੱਲ ਗਈ ਐਸ ਐਚ ਓ ਕੋਲ। ਜਦੋਂ ਐਸ ਐਚ ਓ ਨੇ ਪੁੱਛਿਆ ਵੀ ਹਾਂ ਵੀ ਤੁਸੀਂ ਲੜੇ ਕਿਉਂ, ਜਦੋਂ ਲੜਨ ਦੀ ਗੱਲ ਹੋਈ ਨਾ ਤੇ ਉਹ ਰਜਰਾਬ ਉਹਨੇ ਦੱਸਿਆ ਵੀ ਜਨਾਬ ਮੇਰੀ ਕੌਮ ਆ ਨਾਈ, ਇਹ ਮੈਨੂੰ ਇੱਕ ਮਹੀਨਾ ਹੋ ਗਿਆ ਸੀ ਜਨਾਬ ਵੀ ਮੈਂ ਜਦੋਂ ਆਉਂਦਾ ਸੀ ਮੈਨੂੰ ਕਹਿੰਦਾ ਸੀ ਕਿੱਧਰੋਂ ਆਇਆ ਕਿੱਧਰ ਚੱਲਾ ਤੇ ਮੈਂ ਜਨਾਬ ਇਹਦਾ ਪਤਾ ਕੀਤਾ, ਮੈਨੂੰ ਪਤਾ ਲੱਗਾ ਇਹ ਹੈਗਾ ਲੁਹਾਰ ਕੌਮ ਦਾ ਤੇ ਮੈਂ ਇਹਨੂੰ ਕਿਹਾ ਇੱਧਰੋਂ ਆਇਆ ਤੇ ਇੱਧਰ ਚੱਲਾਂ ਤੇ ਇਹ ਤੋਂ ਸਾਡੀ ਲੜਾਈ ਹੋ ਗਈ। ਅੱਜ ਜਨਾਬ ਐਸ ਐਚ ਸੀ ਮਰਾਸੀ ਕਿੱਦਾਂ ਮਾਜੀ ਦੀ ਮਜਾ ਕੀ ਕਹਿੰਦਾ ਕਿੱਦਾਂ ਮਾਜੀ ਦੀ ਮਜਾ ਕਮਾਲ ਆ ਗਿਆ।